ਮੇਰੇ ਵੱਲੋਂ ਔਰ ਸੰਧੂ ਸਾਹਿਬ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਮਾਈ ਟੀ ਵੀ ਦੇ ਔਰ ਮਾਈ ਰੇਡੀਓ ਦੇ ਜਿਹੜਾ ਸਟੂਡੀਓ ਹੈ ਉਹਦੀ ਇਨੋਗਰੇਸ਼ਨ 'ਤੇ ਇਕੱਠੇ ਹੋਏ ਹਾਂ। ਇੱਥੇ ਇਹ ਅੱਛੇ ਅੱਛੇ ਤੌਰ 'ਤੇ ਪਹੁੰਚੇ ਨੇ, ਮੈਂ ਇਹਨਾਂ ਦਾ ਸਵਾਗਤ ਕਰਨਾ ਚਾਹੁੰਦਾ ਔਰ ਤੁਹਾਡੇ ਰੂਬਰੂ ਕਰਨਾ ਚਾਹੁੰਦਾ, ਕਿਉਂਕਿ ਹੀ ਇਜ਼ ਏ ਸਕਸੈਸਫੁਲ ਐਂਟਰਪ੍ਰੀਨਿਓਰ, ਬਿਜ਼ਨਸ ਕਰਦੇ ਨੇ ਆਪਣੀ ਔਰ ਬੜੇ ਸਕਸੈਸਫੁਲ ਨੇ, ਔਰ ਉਹ ਤੋਂ ਵੱਧ ਚੜ੍ਹ ਕੇ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਬਹੁਤ ਹਿੱਸਾ ਲੈਂਦੇ ਨੇ, ਜੋ ਇੱਕ ਬਹੁਤ ਸ਼ਲਾਘਾ ਯੋਗ ਇਹਨਾਂ ਦੀ ਨੇਚਰ ਦਾ ਹਿੱਸਾ। ਸੋ ਸੰਧੂ ਸਾਹਿਬ, ਵੈਲਕਮ ਟੂ ਮਾਈ ਟੀ ਵੀ, ਵੈਲਕਮ ਟੂ ਸਟੂਡੀਓ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਮੈਨੂੰ ਇੱਥੇ ਇਨੋਗਰੇਸ਼ਨ 'ਤੇ ਬੁਲਾਉਣ ਲਈ। ਸੋ ਕੰਗਰੈਚੁਲੇਸ਼ਨ ਟੂ ਦ ਐਂਟਾਇਰ ਟੀਮ। ਸਭ ਤੋਂ ਇੰਪੋਰਟੈਂਟ ਇਹ ਹੈ ਕਿ ਪੰਜਾਬੀ, ਖਾਸ ਕਰ ਪੰਜਾਬੀ ਔਰ ਪੰਜਾਬੀ ਸਿੱਖ ਜਿਹੜੇ ਨੇ, ਉਹ ਕਿਸੇ ਦੇ ਦੀਨ ਕੰਮ ਨਹੀਂ ਕਰਨਾ ਚਾਹੁੰਦੇ, ਉਹ ਚਾਹੁੰਦੇ ਨੇ ਕਿ ਉਹਨਾਂ ਦਾ ਆਪਣਾ ਕੰਮ ਹੋਵੇ। ਬਿਲਕੁਲ, ਤੁਸੀਂ ਬਿਜ਼ਨਸਮੈਨ ਹੋ, ਸਕਸੈਸਫੁਲ ਬਿਜ਼ਨਸਮੈਨ ਹੋ, ਐਂਡ ਯੂ ਵੈਰੀ ਯੰਗ। ਤੁਸੀਂ ਜਿਹੜੇ ਸਾਡੇ ਵਿਊਜ਼ ਨੇ, ਦ ਵਨਸ ਦੈਟ ਆਰ ਇੰਟਰਸਟਡ ਇਨ ਡੂਇੰਗ ਅ ਬਿਜ਼ਨਸ, ਉਹਨਾਂ ਨੂੰ ਕੀ ਰਾਇ ਦੇਣਾ ਚਾਹੁੰਦੇ? ਕਿਉਂਕਿ ਲੈਟ ਮੀ ਵਾਈ ਡੋਂਟ ਯੂ ਆਨਸਰ ਦੈਟ ਕੁਐਸਚਨ ਫਸਟ। ਉਹਦੀ ਰਾਏ ਇਹੀ ਹੈ ਕਿ ਜਦੋਂ ਆਪਣਾ ਸਕੂਲ ਜਾਂ ਕਾਲਜ 'ਚੋਂ ਚੱਲਦੇ ਹੋ, ਉਸੇ ਏਜ ਦੇ ਵਿੱਚ ਹੀ ਜੇ ਕਿਸੇ ਨੇ ਬਿਜ਼ਨਸ ਕਰਨਾ ਜਾਂ ਕਿਸੇ ਨੇ ਅੱਗੇ ਡਾਕਟਰ ਬਣਨਾ, ਉਹੀ ਏਜ ਆਪਾਂ ਪੜ੍ਹ ਰਹੇ ਹਾਂ, ਅਤੇ ਉਸੇ ਏਜ ਦੇ ਵਿੱਚ ਹੀ ਸਾਰਾ ਆਪਣਾ ਕਰੀਦਾ, ਪੜ੍ਹਾਈ ਦਾ ਅੱਗੇ ਕੰਟੀਨਿਊ ਕਰੀਦਾ। ਸੋ ਉਹੀ ਇੱਕ ਏਜ ਦੇ ਵਿੱਚ ਅਸੀਂ ਜੇ ਬਿਜ਼ਨਸ ਵੀ ਕਰ ਰਹੇ ਹਾਂ ਤਾਂ ਉਸੇ ਏਜ ਦੇ ਵਿੱਚ ਪੈਣਾ ਚਾਹੀਦਾ, ਅਤੇ ਪਲੱਸ ਤੁਸੀਂ ਇੱਕ ਤੁਹਾਡੇ ਜੇਨ ਦੇ ਵਿੱਚ ਮੋਟਿਵ ਜ਼ਰੂਰ ਹੋਣਾ ਚਾਹੀਦਾ ਕਿ ਮੇਰੇ ਕੋਲ ਕੋਈ ਮੋਟਿਵ ਆ ਜਾਂ ਕਿਸੇ ਚੀਜ਼ ਨੂੰ। ਮੈਂ ਆਪਣੀ ਗੱਲ ਹੀ ਕਰ ਸਕਦਾ ਕਿ ਮੈਂ 18 ਸਾਲ ਦਾ ਸੀਗਾ, ਅਤੇ ਅਸੀਂ ਉਦੋਂ ਥੋੜ੍ਹਾ ਚਿਰ ਸਮੇਂ ਪਹਿਲਾਂ ਇੱਥੇ ਇੰਡੀਆ ਤੋਂ ਆਏ, ਅਤੇ ਸਿਰਫ ਮੇਰਾ ਮੋਟਿਵ ਇਹ ਸੀਗਾ ਕਿ ਮੈਂ ਆਪਣੇ ਪੇਰੈਂਟਸ ਦੀ ਸਪੋਰਟ ਕਰਨੀ ਹੈ, ਕਿ ਆਪਣੇ ਮੇਰੀ ਸਿਸਟਰ ਵੱਡੀ ਉਹ ਕਾਲਜ ਆ ਰਹੇ ਸੀ, ਛੋਟਾ ਬ੍ਰਦਰ ਆ। ਸੋ ਮੇਰੀ ਸਿਰਫ ਇੱਕੋ ਹੀ ਮੋਟਿਵ ਸੀਗਾ ਕਿ ਮੈਂ ਆਪਣੇ ਪੇਰੈਂਟਸ ਦੀ ਸਪੋਰਟ ਕਰ ਸਕਾਂ, ਅਤੇ ਉਹ ਬਹੁਤ ਮਿਹਨਤ ਕਰ ਰਹੇ ਸੀਗੇ, ਅਤੇ ਮੇਰਾ ਬਸ ਇਹੀ ਮੋਟਿਵ ਜਿਹੜਾ ਲੈ ਕੇ ਚੱਲਦਾ ਗਿਆ, ਅਤੇ ਅੱਗਿਓਂ ਜਿਹੜਾ ਆ ਆਪਣੇ ਕਾਮਯਾਬੀਆਂ ਜਿਹੜੀਆਂ ਅੱਗਿਓਂ ਅੱਗਿਓਂ ਮਿਲਦੀਆਂ ਗਈਆਂ। ਸੰਧੂ ਸਾਹਿਬ, ਸੀ ਸੀ ਫਾਈਵ ਗੈਟ ਇਟ ਰਾਈਟ, ਫੋਕਸ ਤੁਹਾਡਾ ਬਿਲਕੁਲ ਬਹੁਤ ਜ਼ਰੂਰੀ ਹੈ, ਫੋਕਸ ਤੋਂ ਬਿਨਾਂ ਕੁਛ ਨਹੀਂ ਕਰ ਸਕਦੇ, ਉਹ ਤੋਂ ਬਿਨਾਂ ਤੁਸੀਂ ਫਿਰ ਡਿਟਰਮੀਨੇਸ਼ਨ ਬਹੁਤ ਜ਼ਰੂਰੀ ਹੈ, ਬਿਲਕੁਲ ਐਮ ਏ ਆਈ ਆਰ ਦ ਥਰਡ ਵਰਡ ਪੈਸ਼ਨ, ਬਿਲਕੁਲ ਅਦਰਵਾਈਜ਼ ਤਾਂ ਗੱਲ ਨਹੀਂ ਪਹੁੰਚਣੀ। ਜੇ ਤੁਸੀਂ ਬਿਲੀਵ ਨਹੀਂ ਕਰਦੇ ਜਾਂ ਤੁਹਾਨੂੰ ਆਪਣੇ ਆਪ ਦੇ ਵਿੱਚ, ਤਾਂ ਤੁਸੀਂ ਅੱਗੇ ਨਹੀਂ ਜਾ ਸਕਦੇ। ਇੱਕ ਸਟੈਟ ਨੇ ਮੇਰੇ ਖਿਆਲ 'ਚ, ਜੇ ਇਫ ਆਈ ਐਮ ਨੋਟ ਰੋਂਗ, ਕਿ 80% ਆਫ ਦ ਸਮਾਲ ਬਿਜ਼ਨਸ ਫੇਲ ਵਿਦ ਇਨ ਫਸਟ 6 ਮੰਥਸ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ, ਬਿਲਕੁਲ। ਔਰ ਉਹਦਾ ਕਾਰਨ ਜਿਹੜਾ ਉਹਦਾ ਕਾਰਨ ਇਹੀ ਹੈ ਕਿ ਇੱਕ ਮੈਂ ਆਪਣੇ ਖਾਸ ਕਰਕੇ ਪੰਜਾਬੀਆਂ ਨੂੰ ਦੱਸਣਾ ਚਾਹਾਂਗਾ, ਆਪਾਂ ਜਦੋਂ ਵੀ ਬਿਜ਼ਨਸ ਲੈਂਦੇ ਹਾਂ, ਇਨੀਸ਼ਲੀ ਆਪਾਂ ਨੂੰ ਬਿਜ਼ਨਸ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ। ਆਪਾਂ ਕੀ ਕਰਦੇ ਹਾਂ, ਬਿਜ਼ਨਸ ਲਿਆ, ਇਨਕਮ ਪ੍ਰੋਡਿਊਸ ਕਰਨ ਲੱਗ ਪੈਂਦਾ, ਉਸੇ ਟਾਈਮ ਆਪਾਂ ਘਰਾਂ 'ਚ ਪੈ ਜਾਈਦਾ, ਕਾਰਾਂ 'ਚ ਪੈ ਜਾਈਦਾ, ਇਹਨਾਂ ਚੀਜ਼ਾਂ, ਪਰ ਬਿਜ਼ਨਸ ਦੇ ਵਿੱਚ ਇਨਵੈਸਟ ਨਹੀਂ ਕਰਦੇ। ਉਹ ਆਪਣੇ ਖਰਚੇ ਇੰਨੇ ਵੱਧ ਚੁੱਕੇ ਹੁੰਦੇ ਨੇ, ਬਾਅਦ ਵਿੱਚ ਰੀਅਲਾਈਜ਼ ਹੁੰਦਾ ਕਿ ਖਰਚੇ ਜਿਹੜੇ ਨੇ ਸਾਡੇ ਆਪਣੇ ਕੰਮ ਤੋਂ ਅੱਗੇ ਨਿਕਲ ਗਏ ਨੇ। ਸੋ ਇੱਕ ਇਹ ਬੜਾ, ਜਿਵੇਂ ਕਹਿੰਦੇ ਕਿ ਪਾਣੀ ਜਿਹੜਾ ਸਿਰ ਦੇ ਉੱਪਰ, ਬਿਲਕੁਲ ਬਿਲਕੁਲ ਜੀ, ਇਹ ਇੱਕ ਬਹੁਤ ਵੱਡਾ ਕਾਰਨ ਹੈ। ਹੁਣ ਜਿਹੜੇ ਪ੍ਰੋਫੈਸ਼ਨ 'ਚ ਮੈਂ ਹੈਗਾ, ਮੈਂ ਲੋਕਾਂ ਨੂੰ ਮਿਲਦਾ ਹਾਂ, ਉਹਨਾਂ ਦੀਆਂ ਇੰਟਰਵਿਊ ਵੀ ਲਈਦੀਆਂ ਜਿਹੜੇ ਆਪਣਾ ਅੱਗੇ ਬਿਜ਼ਨਸ 'ਚ। ਸੋ ਬਹੁਤ ਲੋਕਾਂ ਦੀ ਮਦਦ ਵੀ ਕੀਤੀ ਅੱਗੇ ਬਿਜ਼ਨਸ 'ਚ ਆਉਣ 'ਚ, ਬਿਜ਼ਨਸ 'ਚ ਪੈਣ 'ਚ, ਪਰ ਜਿਹੜੀ ਔਰ ਤਾਂ ਰੋਜ਼ ਦੇਖੀਦਾ ਨਵੇਂ ਨਵੇਂ ਬੱਚੇ ਆਪਣੇ ਬਿਜ਼ਨਸ 'ਚ ਆ ਰਹੇ ਨੇ, ਲੋਕ ਆ ਰਹੇ ਨੇ, ਪਰ ਐਟ ਦ ਐਂਡ ਜਦੋਂ ਬਿਜ਼ਨਸ ਪੈ ਜਾਂਦੇ ਨੇ, ਥੋੜ੍ਹੇ ਚਿਰ ਬਾਅਦ ਆਪਣਾ ਖਰਚਿਆਂ ਦੇ ਉੱਤੇ ਕੰਟਰੋਲ ਨਹੀਂ ਕਰਦੇ। ਆਈ ਥਿੰਕ ਇਹ ਬਹੁਤ ਜ਼ਰੂਰੀ ਹੈ, ਬਿਜ਼ਨਸ ਰੀਇਨਵੈਸਟ ਕਰਨਾ ਵੀ ਕਿੰਨਾ ਇੰਪੋਰਟੈਂਟ ਹੈ ਸਰ। ਇਹ ਬਿਲਕੁਲ, ਤੁਸੀਂ ਵੱਧ ਹੀ ਤਾਂ ਸਕਦੇ ਹੋਗੇ ਜੀ, ਜੇ ਬਿਜ਼ਨਸ ਜਿਹੜੀ ਇੱਕ ਪੜ੍ਹਾਈ ਜਿਹੜੀ ਆ ਉਹ ਤੁਹਾਡਾ ਗੁਣਾ ਤੁਹਾਡੇ ਕੋਲ ਹਮੇਸ਼ਾ ਰਹੇਗਾ, ਪਰ ਬਿਜ਼ਨਸ ਜਿਹੜਾ ਆ ਉਹ ਤੁਸੀਂ ਇੱਕ ਪੈਸੇ ਨਾਲ ਖਰੀਦੀ ਹੋਈ ਚੀਜ਼ ਆ ਜਾਂ ਪੈਸੇ ਨੂੰ ਅੱਗੇ ਵਧਾ ਰਹੇ ਹੋ। ਜੇ ਤੁਸੀਂ ਉਹਦੇ ਵਿੱਚ ਅੱਗਿਓਂ ਤਬਦੀਲੀਆਂ ਆਉਂਦੀਆਂ ਨੇ ਬਿਜ਼ਨਸ ਦੇ ਵਿੱਚ, ਜੇ ਤੁਸੀਂ ਰੀਇਨਵੈਸਟ ਨਹੀਂ ਕਰ ਰਹੇ ਤਾਂ ਤੁਸੀਂ ਖਤਮ ਹੋ ਜਾਓਗੇ ਇੱਕਦਮ, ਔਰ ਜਾਂ ਤੁਸੀਂ ਆਪਣਾ ਸਿਸਟਮ ਨਹੀਂ ਕ੍ਰੀਏਟ ਕਰ ਸਕਦੇ ਅਗਾਂਹ ਜਾਣ ਲਈ, ਤਾਂ ਤੁਸੀਂ ਅਗਾਂਹ ਨਹੀਂ ਵੱਧ ਸਕੋਗੇ। ਜੇ ਮੈਂ ਪਹਿਲਾਂ ਆਖਿਆ ਜੀ, ਸਾਡੇ ਕਮਲ ਸਿੰਘ ਸੰਧੂ ਸਕਸੈਸਫੁਲ ਬਿਜ਼ਨਸਮੈਨ, ਕਮਿਊਨਿਟੀ ਦੇ ਹਰ ਕਾਰਜ ਦੇ ਵਿੱਚ ਅੱਗੇ ਹੋ ਕੇ ਤੁਰਦੇ ਨੇ, ਪੂਰਾ ਪਰਿਵਾਰ ਪੂਰਾ ਯੋਗਦਾਨ ਦਿੰਦਾ, ਔਰ ਮੈਨੂੰ ਬੜਾ ਫਖਰ ਮਹਿਸੂਸ ਹੁੰਦਾ ਜਦੋਂ ਸਾਡੇ ਯੰਗਸਟਰਸ ਸਿਰਫ ਆਪਣਾ ਜਿਹੜਾ ਸੈਲਫ ਇੰਟਰਸਟ ਤੋਂ ਪਾਸੇ ਹਟ ਕੇ ਦੂਸਰਿਆਂ ਦੇ ਇੰਟਰਸਟ, ਸ਼ੇਅਰਿੰਗ ਕੇਅਰਿੰਗ ਵਾਲੇ ਕੋਨਸੈਪਟ ਵੀ ਨਾਲ ਲੈ ਕੇ ਤੁਰਦੇ ਨੇ, ਉਹਨਾਂ 'ਚੋਂ ਇੱਕ ਮੇਰਾ ਛੋਟਾ ਵੀਰ ਕਮਲ ਸੰਧੂ ਹੈ, ਐਂਡ ਹੀ ਡਿਜ਼ਰਵਸ ਫੁੱਲ ਕ੍ਰੈਡਿਟ। ਅੱਜ ਉਚੇਚੇ ਤੌਰ 'ਤੇ ਤੁਸੀਂ ਇੱਥੇ ਪਹੁੰਚੇ ਹੋ, ਜਿੱਥੇ ਸਾਡੇ 'ਤੇ ਤੁਸੀਂ ਮਾਣ, ਸਾਨੂੰ ਬਖਸ਼ਿਆ ਪਹੁੰਚਣ 'ਤੇ, ਕਹਿਣਾ ਹੈ
take a promise from you that you will do a 1-4 segment on business with me. Sure, definitely. ਤਾਂ ਜੋ ਆਪਾਂ ਆਪਣੇ ਬੱਚਿਆਂ ਨੂੰ ਹੋਰ ਡਿਟੇਲ ਦੇ ਵਿੱਚ ਜਿਹੜੀ ਨੌਲੇਜ ਦੇ ਸਕੀਏ. ਬਿਲਕੁਲ ਬਿਲਕੁਲ. ਅਤੇ ਨਾਲ ਮੈਂ ਇੱਕ ਹੋਰ ਚੀਜ਼ ਜੋੜਨਾ ਚਾਹਾਂਗਾ ਕਿ ਜਦੋਂ ਇੱਥੇ ਆਪਣੇ ਬੱਚਿਆਂ ਲਈ ਪਰਿਵਾਰ ਦਾ ਸਾਥ ਇਹ ਇੱਕ ਬੜੀ ਜ਼ਰੂਰੀ ਚੀਜ਼ ਆ, ਅਤੇ ਇਹ ਜਿਹੜੇ ਬੱਚਿਆਂ ਦੇ ਨਾਲ ਵੀ ਪਰਿਵਾਰ ਦਾ ਸਾਥ ਹੈਗਾ ਉਹ ਹਮੇਸ਼ਾ ਅੱਗੇ ਉਹਨਾਂ ਲਈ ਈਜ਼ੀ ਰਹਿੰਦਾ ਹੈਗਾ ਵਧਣਾ. ਸੋ ਇੱਕ ਇਹ ਮੇਰੀ ਆਪਣੀ ਕਾਮਯਾਬੀ ਤਾਂ ਮੈਂ ਇਹ ਦੱਸ ਸਕਦਾ, ਮੇਰਾ ਛੋਟਾ ਬ੍ਰਦਰ ਜਿਹੜਾ ਹਮੇਸ਼ਾ ਮੇਰੇ ਨਾਲ ਬਿਜ਼ਨਸ 'ਚ ਹੈਗਾ, ਫਾਦਰ ਸਾਹਿਬ ਜਿਨ੍ਹਾਂ ਦੀ ਸਪੋਰਟ ਹਮੇਸ਼ਾ ਹੀ ਰਹਿੰਦੀ ਹੈ ਜੀ, ਇਹ ਸਭ ਤੋਂ ਵੱਡੀ ਤੁਹਾਡਾ ਹੌਂਸਲਾ. ਇਹ ਜੇ ਤੁਹਾਡੇ ਪਿੱਛੇ ਹੌਂਸਲਾ ਤੁਹਾਡੇ ਨਾਲ ਆ ਨਾ, ਤਾਂ ਤੁਸੀਂ ਅਗਾਂਹ ਕੁਛ ਵੀ ਕਰ ਸਕਦੇ. ਸੋ ਉਹ ਬਹੁਤ ਜ਼ਰੂਰੀ ਹੈ ਪਰਿਵਾਰ ਦੀ ਸਪੋਰਟ ਮਿਲੇ ਅਤੇ ਨਾਲ ਚੱਲਣ ਇਸ ਤੋਂ ਉੱਤੇ ਕੋਈ ਵੀ ਬਿਜ਼ਨਸ ਵਿੱਚ. ਮੈਂ ਕਹਿਣਾ ਚਾਹੀਦਾ ਇਸ ਕਿ ਫੈਮਿਲੀ ਯੂਨਿਟੀ ਬਿਲਕੁਲ ਆਰ ਦਾ ਪਿਲਰਸ ਆਰ ਦਾ ਸਟਰੈਂਥ ਬਿਲਕੁਲ ਉਹ ਤੁਹਾਡੇ ਸਕਸੈਸਫੁਲ ਬਿਜ਼ਨਸ. ਬਿਲਕੁਲ ਜੀ. ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਕਿ ਤੁਹਾਨੂੰ ਬਹੁਤ ਦੂਰ ਲੈ ਜਾਂਦੀਆਂ ਨੇ, ਮੈਂ ਇੰਨੇ ਰੱਖਾਂਗਾ ਕਿਉਂਕਿ ਅੱਜ ਕੱਲ੍ਹ ਸਾਡੇ ਕੋਲ ਟਾਈਮ ਬਹੁਤ ਹੈ. ਆਈ ਐਮ ਸੋ ਆਨਰਡ ਕਿ ਹੀ ਜੁਆਇੰਡ ਅਸ ਅਲੋਂਗ ਵਿਦ ਨਿਊਮਰਸ ਅਦਰ ਗੈਸ ਐਂਡ ਉੱਚ ਉੱਚ ਸ਼ਖਸੀਅਤਾਂ ਪਹੁੰਚੀਆਂ ਨੇ. ਸੋ ਦੇਖਦੇ ਰਹੋ, ਸਾਡੇ ਨਾਲ ਜੁੜਦੇ ਰਹੋ. ਮਾਈ ਟੀ ਵੀ, ਤੁਹਾਡਾ ਆਪਣਾ ਟੀ ਵੀ, ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ.